ਸਸਕਾਵੇ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵਿਜ਼ਾ ਜੀ ਆਪਣੀ ਵਿਜ਼ਾ ਹੈਗੀ ਆ ਪਿੰਡ ਮਹਿਮੂਦਪੁਰ ਬਟਾਲਾ ਜੀ, ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ, ਤਹਿਸੀਲ ਮਕੇਰੀਆਂ। ਰੰਧਾਵਾ ਸਾਹਿਬ ਕੋਲ ਆ ਚੁੱਕੇ ਜੀ ਅੱਜ। ਫਿਰ ਆਪਾਂ ਤੁਹਾਨੂੰ ਪਤਾ ਜਾ ਕੇ ਵੀਡੀਓ ਬਣਾਈ ਸੀ ਬਾਈ ਹੋਣਾਂ ਦੀ, ਟੋਟਲ ਏ ਟੂ ਜੈਡ ਹਰਿਆਣੇ ਤੋਂ ਮਾਲ ਆਉਂਦਾ, ਚੰਗੇ ਚੰਗੇ ਰਿਕਾਰਡ ਵਾਲਾ ਨਾਲੇ ਪਿਛਲਾ ਮਾਲ ਚਲੋ ਵਧੀਆ ਰਿਹਾ, ਵੇਖਿਆ ਸੋਹਣਾ ਮਾਲ ਸੀ, ਰੇਟ ਵੀ ਬਿਲਕੁਲ ਜਾਇਜ਼ ਸੀ। ਅਤੇ ਅੱਜ ਵੀ ਬਾਈਆਂ ਕੋਲ ਕੋਈ 6-7 ਦੇ ਲਗਭਗ ਝੋਟੀਆਂ ਸੇਲ ਹੈ ਜੀ, ਸਾਰਾ ਉੱਧਰ ਹੀ ਮਾਲ ਆਇਆ ਜੀ। ਅਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ, ਇਹਨੇ ਪ੍ਰਾਈਸ ਕੀ ਆ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀ ਜੀ ਰਿਕੁਐਸਟ ਕਰਾਂ, ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸਲੀ ਖਰੀਦੋ। ਬਾਬਾ ਜੀ ਅਸੀਂ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰਿਆ ਕਰੋ, ਨਾਲੇ ਵੀਡੀਓ ਬਾਤ ਤੁਸੀਂ ਕਰਦਿਆ ਕਰੋ। ਚਲੋ ਗਾਹਾਂ ਕੋਈ ਵੀ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ ਜੀ? ਬਹੁਤ ਕਿਰਪਾ ਜੀ, ਬੜੀ ਕਿਰਪਾ ਮਾਲ ਦੀ ਸੱਚੇ ਪਾਤਸ਼ਾਹ ਜੀ। ਪਹਿਲਾਂ ਇਹ ਦੱਸੋ ਕਿਵੇਂ ਰਿਹਾ ਰਿਸਪੌਂਸ? ਬਹੁਤ ਵਧੀਆ ਰਿਹਾ ਜੀ, ਬੜੀ ਪਰਮਾਤਮਾ ਦੀ ਕਿਰਪਾ, ਬੜੇ ਸੱਜਣਾ ਮਿੱਤਰਾਂ ਦੇ ਫੋਨ ਆਏ ਨੇ, ਵਧੀਆ ਰਿਸਪੌਂਸ ਮਿਲਿਆ ਜੀ। ਵਧੀਆ ਯਾਰ ਦੋਸਤ ਬਣ ਗਏ ਜੀ, ਬਹੁਤ ਤੁਹਾਡੀ ਕਿਰਪਾ ਨਾਲ ਬੜੇ ਜੀ ਸੱਜਣਾ। ਚਲੋ ਚਲੋ, ਤੇ ਮਾਲ ਸਾਰਾ ਹੀ ਵੇਖਿਆ ਨਹੀਂ? ਮਾਲ ਵੇਖਿਆ ਜੀ, ਮਾਲ ਵੇਖਿਆ। ਅੱਗੇ ਤੁਹਾਨੂੰ ਡੀਕ ਦੇਣਾ, ਤੁਸੀਂ ਥੋੜਾ ਆਏ ਨਹੀਂ, ਹਾਂਜੀ ਜਿਹੜਾ ਵੇਚ ਦਿੱਤਾ ਫਿਰ ਦੁਬਾਰਾ ਹੁਣ ਲਿਆਂਦਾ, ਇੱਕ ਆ ਗਿਆ ਮਾਲ। ਚਲੋ ਚਲੋ ਕੋਈ ਗੱਲ ਨਹੀਂ। ਕਿਹੜੇ ਜਾ ਕੇ ਬਾਈ ਜੀ? ਇਹ ਲਿਆਂਦਾ ਜੀ ਸਰਸੇ ਤੋਂ। ਸਰਸੇ ਲੈ ਕੇ ਨੇ ਸਾਰੇ ਝੋਟੀਆਂ ਹੈ ਜੀ? ਅਸੀਂ ਹਿਸਾਬ ਕਰਦੇ ਸਰਸੇ ਤੋਂ ਹੈ ਜੀ। ਸਰਸੇ ਕਿੰਨੀਆਂ ਬਾਈ ਅੱਜ? 6 ਝੋਟੀਆਂ ਨੇ ਜੀ। ਕਰੀ ਸ਼ੁਰੂ। ਚਲੋ ਦੱਸੋ ਇਹਦੇ ਬਾਰੇ। ਇਹ ਦੂਜਾ ਸੂਆ ਝੋਟੀ ਹੈ ਜੀ। ਹਾਂਜੀ, 6 ਦੰਦਾ। 6 ਦੰਦਾ ਸੂਈ ਨੂੰ ਸੇਵਾ ਦੇਣਾ ਜੀ। ਠੀਕ ਆ। ਦੁੱਧ 12 ਸਾਢੇ 12 ਕਿਲੋ ਤਿਆਰ ਹੈ। ਮੈਂ 12 ਕਿਲੋ ਮੰਨੀਏ ਪੱਕਾ, ਤੁਸੀਂ 12 ਪੱਕਾ ਮੰਨੋ ਜੀ। ਖੋਲੋ ਫਿਰ, ਲੋ ਜੀ ਦੇਖੋ, ਤੇ ਥਾਣਾ ਵੇਖੋ ਪਹਿਲੇ। ਆ ਦੇਖੋ, ਚਲੋ ਆ ਦੇਖੋ, ਸੋਹਣੀ ਝੋਟੀ ਆ। ਤੇ ਵੇਲ ਵੇਖੋ ਝੋਟੀ, ਬੱਚਾ ਮਗਰ ਭਾਜੀ ਕੀ ਆ ਗਿਆ? ਕੱਟਾ ਮਗਰ ਆ ਗਿਆ, ਚੈੱਕ ਕਰੋ ਚਵਾਚੂ ਵਧੀ, ਐ ਇੱਕ ਨੰਬਰ ਪੋਲਾ ਧਾਰ ਉਂਗਲ ਉਂਗਲ ਮੋਦੀ। ਬਾ ਠੀਕ ਆ, ਠੀਕ ਆ, ਬੰਦ ਜੀ ਉੱਥੇ ਬੰਦ। ਕਰ ਦੋ ਮਾਨਦਾਨ, ਹੋਰ 15 ਹੀ ਦੇ ਦੋ, ਜਾਣ ਦੋ 5000 ਆ ਜਾ। ਬਸ ਠੀਕ ਆ, ਇਧਰ ਆਓ ਕਰਾਂ। ਛੋਟਾ ਜਿਹਾ ਮਾਰਜਨ ਰੱਖ ਕੇ ਕਹੀਦਾ ਵੀ ਚਲੋ ਗਾਹਕ ਲੈ। ਹਾਂ ਬਿਲਕੁਲ ਜੀ, ਵੇਚਣਾ ਕਿਸੇ ਨੇ ਵੇਚ ਵੀ ਲੈ। ਬਿਲਕੁਲ ਜੀ, ਬਿਲਕੁਲ। ਇਹ ਜੀ ਇਹ ਚੌਕੀ ਦਾ ਇੱਕ ਦਮ ਤੋੜਿਆ ਜੀ, ਪਹਿਲਾ ਸੂਆ, ਪਹਿਲਾ ਸੂਆ ਵਾ। ਹਾਂਜੀ, 12 ਕਿਲੋ ਦੇ ਥਲੋ ਤਿਆਰ ਆ, ਤੁਸੀਂ 11 ਮੰਨੋ ਜੀ, ਮਗਰ ਇਹਦੇ ਕੱਟੀ ਆ। ਅੱਛਾ, ਸੂਈ ਨੂੰ ਅਸੀਂ 5ਵਾਂ ਦੇਣਾ। ਚੰਗੀ ਨਸਲ ਆ ਪੂਰੀ, ਹੈਨਾ, ਛਾਲ ਕੱਢਦੀ ਆ, ਜੈਡ ਬਲੈਕ ਨਾਲੇ ਕਾਲੀ ਸ਼ਾਹ ਝੋਟੀ ਜੀ, ਤੇ ਉੱਚੀ ਲੰਮੀ ਪੂਰੀ ਸਮਾ ਜਾਣ ਕੇ ਸਾਨੂੰ ਚੰਗਾ ਕਰਦੀ। ਬਟੇ ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ, ਧਿਆਨ ਥੋੜਾ ਘਾਪਰਦੀ ਆ, ਧਿਆਨ। ਹਾਂ ਬਿਲਕੁਲ ਜੀ, ਆ ਵੇਖੋ ਲੇਵਾ, ਵੇਖੋ ਐ ਸੂਲ ਨਾਲ ਟੱਚ ਕਰਦਾ ਜਾ ਕੇ, ਚਵਾਜ ਥੰਦ ਨੂੰ ਵਧੀਆ ਬਣਾ ਲੈਂਦੀ ਭਾਜੀ। ਠੀਕ ਆ, ਆ ਜਾ, ਚਲੋ ਲੈ ਚਲੋ। ਕੱਟੀ ਮਗਰ ਕੱਟਾ, ਕੱਟੀ ਮਗਰ ਪੂਰਾ ਡਬਲ ਫਾਇਦਾ ਨਾਲੇ, ਡਬਲ ਡਬਲ ਫਾਇਦਾ। ਆ ਵੇਖੋ ਕਰ ਲੇਵਾ, ਦੇਖੋ ਅੱਛਾ ਜੀ, ਖੁੱਲੀ ਦਿੰਦੀ ਹੈਨਾ। ਤੇ ਭਾਜੀ ਇਹਦਾ ਰਿਕਾਰਡ ਬਾਰੇ ਝੂਠੀ ਦਾ ਸੋਹਣੀ ਹੈ, ਰਿਕਾਰਡ ਦਾ ਪਤਾ ਕਰ ਲੈਣੇ ਜੋ ਕਰ ਲਈ ਝੂਠ ਬੋਲੀ ਚੱਲੀ, ਉਹ ਗੱਲ ਆਪਣੇ ਹੈ ਨਹੀਂ। ਠੀਕ ਆ, ਝੋਟੀ ਚੰਗੀ ਆ, ਦੁੱਧ 15 ਪਲੱਸ ਚਵਾਏਗੀ। ਚਲੋ ਬੋਲੋ ਫਿਰ, ਰੇਟ ਲੇਵਾ ਥੋੜਾ ਨਿੱਗਰ ਆ, ਮੁੱਲ ਤੇ ਕੱਟੀ ਦਾ 1-30 ਆ ਜੀ। ਹਾਂਜੀ, ਸਵਾ ਹੀ ਦੇ ਦਿਆਂਗੇ। ਹੋਰ ਕਰੋ ਮਾਨਦਾਨ, 20 ਹੀ ਦੇ ਦਿਆਂਗੇ, 5 ਹੋਰ ਛੱਡ ਦਿਓ। ਚਲੋ ਕੋਈ ਗੱਲ ਲੈ ਜਾਓ, 15 ਹੀ ਲੈ ਜਾਓ। ਠੀਕ ਹੈ ਭਾਜੀ ਸਾਹਿਬ, ਇਹ ਝੋਟੀ ਪਹਿਲਾਂ ਸੂਆ 4 ਦੰਦਾ। ਅੱਛਾ ਜੀ, ਸੂਈ ਨੂੰ ਤੂੰ ਤੀਜਾ ਦੇਣਾ ਜੀ। ਠੀਕ ਆ, 7 ਤੋਂ 8 ਦੇ ਵਿਚਕਾਰ ਜਾਂ ਦੋ ਦਾ 7.5 ਮੰਨ ਲਓ, 7 ਮੰਨ ਲਓ ਜੀ, ਇੰਨਾ ਹੈ ਜਿਹੇਗਾ। ਠੀਕ ਆ, ਬੱਚਾ ਮਗਰ ਜੀ, ਬੱਚਾ ਮਗਰ ਦਾ ਕੱਟਾ ਜੀ, ਕੱਟਾ ਮਗਰ ਆ ਗਿਆ ਜੀ। ਦੇਖੋ ਝੋਟੀ ਇਹ ਵੀ ਬਹੁਤ ਸੋਹਣੀ ਆ, ਝੋਟੀ ਚੰਗੀ ਆ, ਬਾਕੀ ਖਾਣ ਖੁਣ ਬਹੁਤ ਚੰਗਾ ਕੱਢਦੀ ਆ। ਠੀਕ ਆ, ਹਾਂਜੀ, ਤੋ ਆਕਾਰ ਪੋਲੀ ਆ ਬਿਲਕੁਲ। ਬਾ ਠੀਕ ਹੈ, ਲਓ ਜੀ ਚੈੱਕ ਕਰੋ ਕਰਾਂ ਜੀ। ਤਾਂ ਬਾਜੀ ਫਿਰ ਚੁਆਈ ਫਿਰ ਕਿੰਨੇ ਵਜੇ ਕਰਦੇ ਜੀ ਆਪਾਂ? ਚੁਆਈ 5:30-6 ਵਜੇ। ਬੱਚੇ 2 ਵੱਜ ਚੁੱਕੇ ਜੀ, ਦੋ ਟਾਈਮ ਹੀ 5:30-6 ਵਜੇ ਚੁਆਈ। ਬਾ ਠੀਕ ਆ, ਲਓ ਜੀ ਆ ਵੇਖੋ ਕਰ, ਠੀਕ ਆ ਬਾਜੀ। ਹਾਂਜੀ ਬਾਜੀ, ਫਿਰ ਇਹ ਝੋਟੀ 1:15 ਦੇ ਦਿਆਂਗੇ ਜੀ। ਇਹ ਕਿ ਦੁੱਧ ਕਿੰਨਾ ਕਰੂ ਫਿਰ? ਹਾਂਜੀ, ਦੁੱਧ ਕਿੰਨਾ ਕਰੂਗੀ? ਦੁੱਧ 12 ਤੋਂ ਵੱਧ ਜੋਏਗੀ, ਘੱਟ ਨਹੀਂ, ਜਿੰਨਾ ਥਾਂ ਜਿਹੜਾ ਪਸਵਾਨ ਆ। ਹਾਂਜੀ ਹਾਂਜੀ, ਥੋੜੇ ਦਿਨ ਹੋਏ। ਹਾਂਜੀ ਹਾਂਜੀ,
ਹੋਰ ਕਰ ਦੋ ਬਾਜੀ ਮਾਨ ਤਾਂ 10 ਦੀ ਦੇ ਦੇਣਾ ਗੱਡੀ ਲੱਖ ਦੀ ਜਾਣ ਦੋ ਨਹੀਂ ਲੱਖ ਰੁਪਏ ਥੋੜਾ ਹੋਣਾ ਜ਼ਿਆਦਾ ਮਾਰ ਦੇ 5 ਦੀ ਦੇ ਦਾਂਗੇ ਗੱਡੀ ਜਾਣ ਤਾਂ ਕੋਈ ਵੇਖੀ ਜਾਓ ਨਹੀਂ 5 ਦਾ ਘਾਟਾ ਪੈਣਾ ਜੀ ਅੱਛਾ ਹਾਂ ਫਿਰ ਜੇ ਸਹੀ ਜਾਂਦਾ ਮੈਂ 10 ਵੀ ਦੇਣਾ ਇੱਕ 2 ਦੀ ਘਰ ਚੋਟੀ ਪਹੁੰਚਦੀ ਆ ਅੱਛਾ ਹਾਂ ਮਾਨ ਤਾਂ ਕਰ ਦੇਣਾ ਚਲੋ ਠੀਕ ਹੈ ਮਾਨ ਤਾਂ ਕਰ ਚਲੋ ਠੀਕ ਕਰ ਦੇ ਜੀ ਕਰ ਦੇ ਜੀ लंबाई अत दी नाले सारियां सरस दे झोटियां बह जा हजू जो इतने आ गया कई बथेरे फोन आंदे माड़ा मोटा चलो संभाल आले होंदे मैं ताइयों थोड़ा बहुत लेके आया हां जी बोलो जी एक भी दी दसो फिर हो दस दी बठी कोई गल तोरो फिर लो जी अजे ठीक आज वधिया बनाऊगी हजे आ देखो लो जी देखो फिर कट्टा मगरा आ गया नाले आन दो भाजी आन दो सारे सज्जन मित्रां ने आना वा झोटी ते एक 40 दी आ जी अच्छा होर कर दो भाजी मान तां कर दिओ आप ही दस दिओ तुसीं जिन्ने दी कहो दे देंगे कोई गल नहीं 25 दे दिए होर कर दो 22 दी गट्टी दे देंगे पूरे जान दो 20 दी 20 दी ठीक है आ झोटी वी चौक दा दंद कढ़दी पई आ जी हां जी पहला वाला थणा तो लग जी दूजा सुहा ऑन करदी है ना मात्र अच्छा रात सुई आ अच्छा अच्छा जी सवेरे दी पई आ जी सवेरे 6:30 बजे ठीक है ऑन ना मात्र जी करदी आ थन थन चवाई भी बड़ी चंगी आ अच्छा पहला सुहा है जी ठीक है तो भाजी फिर लास्ट वाला पीस ही है फिर लास्ट वाला हाँ जी छोटी एक दस दी बस ठीक है दस तो 1000 रुपया मान कर देंगे चलो ठीक है कट्टी भाना मिली है चंगी ठीक है ठीक है थोड़ा बहुत बहुत ਬਾਕੀ ਪਰਮਾਤਮਾ ਦੀ ਕਿਰਪਾ ਦਾ ਝੋਟੀਆਂ ਚੰਗੀਆਂ ਨੇ ਹਾਂਜੀ ਨਾ ਕਮਾਉਣ ਵਾਸਤੇ ਬੈਠੇ ਆ ਬਿਲਕੁਲ ਜੀ ਬਾਕੀ ਸੱਜਣਾ ਮਿੱਤਰਾਂ ਨੂੰ ਇਹ ਕਹਿੰਦੇ ਆ ਅਸੀਂ ਫੋਨ ਕਰਕੇ ਆਉਣਾ ਹੁਣ ਫੋਨ ਕਰਕੇ ਆਵੇ ਬਿਲਕੁਲ ਬਿਲਕੁਲ ਕਈ ਵਾਰੀ ਮਾਲ ਵਿਕ ਜਾਵੇ ਵਿਕ ਜਾਂਦੇ ਫਿਰ ਇਹ ਹੁੰਦਾ ਵੀ ਦੂਰੋਂ ਬੰਦੇ ਨੂੰ ਖਰਚਾ ਪੈਂਦਾ ਖਰਚਾ ਨਹੀਂ ਬਿਲਕੁਲ ਜੀ ਬਿਲਕੁਲ ਫੋਨ ਕਰਕੇ ਆਉਣ ਜੇ ਸਾਡੇ ਕੋਲ ਪਿਛਲੀ ਵੀਡੀਓ 'ਚ ਕਿਸੇ ਸੱਜਣ ਮਿੱਤਰ ਦਾ ਦਿਲ ਦੁਖਿਆ ਹੋਵੇ ਗੱਲ ਬੋਲਿਆ ਗਿਆ ਹੋਵੇ ਉਹਦੀ ਮਾਫੀ ਚਾਹੁੰਦੇ ਦੋਹੇ ਹੱਥ ਜੋੜ ਕੇ ਚਲੋ ਠੀਕ ਕੋਈ ਗੱਲ ਖਿਮਾ ਦੇ ਜੱਜ ਕੋਲ ਸਾਰੇ ਸੱਜਣ ਚੱਲੀ ਜਾਣਾ ਕੋਈ ਗੱਲ ਨਹੀਂ ਨੰਬਰ ਬੋਲੋ ਜੀ ਆਪਣਾ ਨੰਬਰ 98723 ਜੀ ਹਾਂਜੀ 34020 ਠੀਕ ਆ
98723-34-0-20 हरविंदर सिंह रंधावा ना जी, पिंड महमूदपुर बटाला, तहसील मकेरियां, जिला हुशियारपुर जी। चलो ठीक है भाई, मेरा सत श्री अकाल। देखो जी 6 तरीक नूं वीडियो आनी आ, लाइक कमेंट शेयर कर दे मेरा वीर। ठीक है जी, बहुत सोहणियां झोटियां, सिरे झोटियां, अरे चेक करके पास कर लै जा। ठीक, सत श्री अकाल जी।